ਭਾਈ ਇੱਕ ਮਹੀਨਾ ਹਜੇ ਵਿਆਹ ਨੂੰ ਹੋਇਆ ਵਾ, ਵੈਸ਼ਨੋ ਦੇਵੀ ਗਏ ਸੀ, ਪਹਿਲੀ ਵਾਰੀ ਘਰੋਂ ਗਏ ਸੀ ਮਾਤਾ ਦੇ ਦਰਸ਼ਨ ਕਰਨ, ਅਤੇ ਅੱਧਕ ਵਾਰੀ ਤੋਂ ਥੋੜ੍ਹਾ ਤਾਂ ਗਏ ਨੇ, ਅਤੇ ਪੱਥਰ ਸਲਾਈਡ ਸਲਾਈਡਿੰਗ ਹੋਈ ਆ, ਪੱਥਰ ਡਿੱਗਿਆ, ਸਾਡੀਆਂ ਖੁਸ਼ੀਆਂ ਨੇ ਪੱਥਰ ਡਿੱਗ ਗਿਆ, ਸਾਡੀ ਭਾਬੀ ਦੀ ਡੈਥ ਹੋਈ, ਸਭ ਤੋਂ ਛੋਟੀ ਭਾਬੀ ਸੀ ਸਾਡੀ, ਮੇਰੇ ਛੋਟੇ ਬ੍ਰਦਰ ਦੀ ਵੋਟੀ ਸੀਗੀ, ਸਾਡੇ ਹਾਂਜੀ ਹਾਂਜੀ ਭਾਈ ਸਾਡੇ ਚਾਵਣੀਆਂ ਮਹਿੰਦੀ ਲਵਾ ਕੇ ਭੇਜਿਆ ਚੇਚਾ ਸੀ, ਕੁੜੀਆਂ ਪਹਿਲੀ ਵਾਰੀ ਤੂੰ ਮਾਤਾ ਨੇ ਜਾਣਾ ਵਾ, ਮਹਿੰਦੀ ਬੁੱਧੀ ਲਾ ਕੇ ਜਾ, ਸ਼ਿੰਗਾਰ ਕਰਕੇ ਜਾ, ਮਾਤਾ ਕਹਿ ਕੇ ਮੇਰੀ ਧੀ ਆਈ ਆ, ਫਿਰ ਮਾਤਾ ਨੂੰ ਜਾ ਦਰਸ਼ਨ ਹੀ ਨਹੀਂ ਦਿੱਤੇ, ਮਾਤਾ ਨੇ ਉਹਨੂੰ ਮਨਜ਼ੂਰੀ ਨਹੀਂ ਭਾਈ ਹੋਏ ਭਾਈ, ਤੁਰੇ ਦੇ 5 ਵਜੇ ਤੁਰੇ, ਸ਼ਾਇਦ 10-11 ਵਜੇ ਤੱਕ ਆ ਜਾਂਦੇ। ਮੇਰੇ ਚਾਚਾ ਜੀ ਦੀ ਨੂੰਹ ਸੀ, 28 ਅਗਸਤ ਨੂੰ ਇਹਨਾਂ ਦੀ ਮੈਰਿਜ ਹੋਈ ਹੈ ਜੀ, ਅੱਜ ਉਹਨੂੰ 1 ਮਹੀਨਾ ਹੋ ਗਿਆ ਪੂਰਾ ਮੈਰਿਜ ਦਾ ਜੀ, ਪਹਿਲੀ ਯਾਤਰਾ ਵਾਸਤੇ ਵੈਸ਼ਨੋ ਦੇਵੀ ਮਾਤਾ ਦੇ ਗਏ, ਕੱਲ੍ਹ ਜੀ 1 ਤਰੀਕ ਨੂੰ ਗਏ ਆ, ਰਾਤ ਇਹ ਉੱਥੇ ਰਹੇ ਆ, ਉਹਨਾਂ ਨੇ ਫੋਨ ਕੀਤਾ ਵੀ ਅਸੀਂ ਸਵੇਰੇ ਯਾਤਰਾ ਕਰਾਂਗੇ, ਮੇਰੇ ਛੋਟੇ ਬ੍ਰਦਰ ਨੇ ਕਿਹਾ ਵੀ ਤੁਸੀਂ ਮਤਲਬ ਹੁਣੇ ਹੀ ਕਰ ਲਓ, ਕਹਿੰਦੀ ਨਹੀਂ ਭਾਅ ਜੀ ਆਪਾਂ ਰਾਤ ਨੂੰ ਇੱਥੇ ਰਹਿਣਾ ਅਤੇ ਸਵੇਰੇ ਅਸੀਂ ਯਾਤਰਾ ਕਰਾਂਗੇ ਜੀ, ਅਤੇ ਸਵੇਰੇ 2:30 ਵਜੇ ਸਾਨੂੰ ਫੋਨ ਆ ਗਿਆ ਜੀ, ਇਸ ਤਰ੍ਹਾਂ ਮੈਂ ਇਹਦੇ ਭਰਾ ਮੇਰੇ ਨੇ ਫੋਨ ਕੀਤਾ, ਮੈਂ ਤਾਂ ਇਕੱਲਾ ਰਹਿ ਗਿਆ ਜੀ ਇੱਥੇ, ਉਹਨੂੰ ਪਤਾ ਨਹੀਂ ਕੀ ਹੋ ਗਿਆ, 2:45 ਵਜੇ ਸਾਨੂੰ ਮੈਸੇਜ ਆ ਗਿਆ ਵੀ ਉਹਨਾਂ ਨੂੰ ਉੱਥੋਂ ਚੁੱਕ ਕੇ ਅਤੇ ਮਤਲਬ ਕਟਰੇ ਲੈ ਗਏ ਜੀ ਹੋਸਪਿਟਲ ਦੇ ਵਿੱਚ, ਅਤੇ ਕਟਰੇ ਜਾ ਕੇ ਜੀ ਉਹਨਾਂ ਨੂੰ ਸਾਨੂੰ 2:30-3 ਵਜੇ ਕਿਸੇ ਡਰਾਈਵਰ ਦੀ ਗੱਡੀ 'ਤੇ ਫੋਨ ਆਇਆ ਵੀ ਉਹਨਾਂ ਦੀ ਡੈਥ ਹੋ ਗਈ ਹੈ, ਸਾਨੂੰ ਤਾਂ ਇਹ ਨਾਮ ਹੀ ਚੰਗੀ ਤਰ੍ਹਾਂ ਨਹੀਂ ਪਤਾ ਵੀ ਉਹਨਾਂ ਪੇਕਿਆਂ ਦਾ ਨਾਂ ਸਪਨਾ ਵਾ, ਉਹਨਾਂ ਨੇ ਕਿਹਾ ਵੀ ਸਪਨਾ ਦੀ ਡੈਥ ਹੋ ਗਈ ਆ, ਗਲੀ ਨੰਬਰ 2 ਧਿਆਨਪੁਰ ਧਾਮ ਦੇ ਵਿੱਚ ਹੋਈ ਹੈ, ਹਾਂਜੀ ਹਾਂਜੀ 1 ਮਹੀਨਾ ਜੇ ਸਾਨੂੰ ਉਹਦੇ ਘਰ ਰੋਟੀ ਪਾਣੀ ਕੋਈ ਚਾਹ ਪਾਣੀ ਨਹੀਂ ਉਹਦਾ ਪੀ ਕੇ ਵੇਖਿਆ ਜੀ, ਅੰਮ੍ਰਿਤਸਰੋਂ ਦਾ ਵਿਆਹ ਕੇ ਲਿਆਉਂਦੀ ਜੀ ਸ਼ਰੀਫਪੁਰੇ ਦੀ, ਸਾਨੂੰ ਕਿਸੇ ਗੱਲ ਦੀ ਇਹ ਤਾਂ ਕਦੀ ਚਿੰਤਾ ਹੀ ਨਹੀਂ ਵੀ ਆਹ ਗੱਲਬਾਤ ਇਹਨੂੰ ਨਾ ਸਾਡੇ ਨਾ ਹੋ ਜਾਏਗੀ, ਹੋਇਆ ਬਸ ਜੀ ਉਹ ਕਹਿੰਦੇ ਜੀ ਉੱਥੇ ਜਦੋਂ ਮਤਲਬ ਇੱਕ ਸ਼ੈੱਡ ਸੀ ਜਿੱਥੇ ਸਾਂਝੀ ਛੱਤ ਦੇ ਲਾਗੇ, 5 ਮਿੰਟ ਦਾ ਰਸਤਾ ਰਹਿ ਗਿਆ ਸੀ 10 ਮਿੰਟ ਦਾ ਮੱਥਾ ਟੇਕਣ ਵਾਸਤੇ, ਇੱਕ ਸ਼ੈੱਡ ਦੇ ਥੱਲੇ ਖਲੋਤੇ ਸੀ, ਅਤੇ ਕਹਿੰਦਾ ਵੀ ਮੈਂ ਫੋਟੋ ਬਣਾਉਂਦਾ ਸੀ, ਉਹਨੇ ਸਾਨੂੰ ਭਰਾ ਸਾਡੇ ਨੇ ਜੇ ਕੋਈ ਗੱਲ ਨਹੀਂ ਕੀਤੀ, ਫੋਟੋ ਖਿੱਚਣ ਲੱਗੇ ਹਾਂ ਸ਼ੈੱਡ ਦੇ ਵਿੱਚ, ਇੱਕ ਕਹਿੰਦੇ ਵੀ ਪੱਥਰ ਡਿੱਗਾ ਵਾ, ਅਤੇ ਉਹਦੇ ਵਿੱਚ ਇਹ ਜਿਹੜੀ ਸਪਨਾ ਸੀ ਇਹਦੇ ਮੌਕੇ 'ਤੇ ਡੈਥ ਹੋ ਗਈ ਇਹਦੀ, ਅਤੇ ਬਾਕੀ 2-3 ਜ਼ਖਮੀ ਹੋ ਗਈ ਆ, ਫਿਰ ਇੱਕ ਕਿਸੇ ਨੇ ਹੋਰ ਵੀ ਸਾਨੂੰ ਦੱਸਿਆ ਫੋਨ ਕਰਕੇ ਵੀ ਮਤਲਬ ਇੱਕ ਲੇਡੀਜ਼ ਦਾ ਉੱਥੇ ਧੜ ਲੱਥ ਗਿਆ, ਅਤੇ ਇਹਨਾਂ ਨੂੰ ਚੁੱਕ ਗਿਆ ਸੀ, ਅਤੇ ਮੇਰਾ ਭਰਾ ਜਿਹੜਾ ਸੀ ਐਚ ਦਾ ਮੁੰਡਾ ਉਹ ਕਹਿੰਦਾ ਜੀ ਮੈਂ ਤਾਂ ਦਿੱਕਲਦਾ ਰਹਿ ਗਿਆ, ਮੈਨੂੰ ਦੱਸੋ ਕੀ ਕਰਾਂ, ਉਮਰ ਮੇਰੇ ਹੋਣੀ ਹੈ 28-29 ਸਾਲ ਦੀ ਭਰਾ ਦੀ, 26-27 ਸਾਲ ਦੀ ਵੋਟੀ ਦੀ ਹੋਏਗੀ ਜੀ ਸਾਡੀ ਉਮਰ, ਹਜੇ ਸਾਡੇ 4 ਹੀ ਪੂਰੇ ਲੱਥੇ ਜੀ ਸਾਰੇ ਕੋਈ, ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕੋਈ ਫੋਨ ਨਹੀਂ ਕੀਤਾ, ਜਦੋਂ ਮੈਂ ਆਵਾਂਗਾ ਅਸੀਂ ਕਿਹਾ ਸਾਰਿਆਂ ਜਾਣਿਆ ਵੀ ਆਪਾਂ ਗੱਡੀ ਲੈ ਕੇ ਆਉਂਦੇ ਹਾਂ, ਸਾਨੂੰ ਉੱਥੋਂ ਕਿਸੇ ਨੇ ਮੈਸੇਜ ਕੀਤਾ ਵੀ ਇਹ ਸਾਰਾ ਹਿਸਾਬ ਕਿਤਾਬ ਜਿਹੜਾ CRP ਵਾਲਿਆਂ ਕੋਲ, ਉਹ ਆਪਣੀ ਗੱਡੀ ਦੇ ਆਉਣਗੇ ਜਾਣਗੇ ਅਤੇ ਲੈ ਕੇ ਆਉਣਗੇ, ਅਤੇ ਤੁਸੀਂ ਮਤਲਬ ਨਾ, ਮੈਂ ਅਸੀਂ ਆਪਣੇ ਮਨ 'ਚ ਸੋਚਿਆ ਇੱਧਰ ਆਪਾਂ ਗੱਡੀ ਲੈ ਕੇ ਚੱਲ ਜਾਵਾਂਗੇ, ਉੱਧਰ ਉਹ ਆ ਜਾਣਗੇ ਜੀ, ਸਾਨੂੰ ਕੋਈ ਐਂ ਬਸ ਸਵੇਰ ਦੇ ਬਸ ਇੱਦਾਂ ਹੀ ਬੰਬਲੇ ਫਿਰਨ ਡਿਆ, ਸਾਨੂੰ ਕਿਸੇ ਗੱਲ ਦਾ ਨਹੀਂ ਕੋਈ ਨਹੀਂ ਜੀ, ਹਜੇ ਤੱਕ ਕੋਈ ਡੈੱਡ ਬੋਡੀ ਨਹੀਂ ਪਹੁੰਚੀ ਜੀ ਸਾਨੂੰ।